ਵਾਹਿਗੁਰੂ ਜੀ ਕੀ ਫਤਿਹ ਜੀ ਸਾਡੇ ਨਾਲ ਮੌਜੂਦ ਹਨ ਇਸ ਵੇਲੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਅਮੀਰ ਸਿੰਘ ਅਸੀਂ ਉਹਨਾਂ ਦੇ ਨਾਲ ਕਾਰ ਸੇਵਾ ਦੇ ਮੁਤਲਕ ਜਿਹੜਾ ਜੋ ਅੱਜ ਦਾ ਇਹ ਮੁਬਾਰਕ ਸ਼ੁਭ ਦਿਨ ਹੈ ਉਸ ਬਾਰੇ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ ਸਭ ਤੋਂ ਪਹਿਲੇ ਮੈਂ ਸਮੁੱਚੀ ਜਗਤ ਨੂੰ ਜਿਹੜੀ ਮੇਰੀ ਆਵਾਜ਼ ਸੁਣਦੇ ਹਨ ਜੋ ਪਾਕਿਸਤਾਨ ਦੇ ਵਿੱਚ ਸਥਿਤ ਗੁਰੂ ਨਾਨਕ ਪਾਤਸ਼ਾਹ ਦਾ ਚਰਨ ਛੂਹ ਪ੍ਰਾਪਤ ਗੁਰਦੁਆਰਾ ਸਾਹਿਬ ਚੋਹਾ ਸਾਹਿਬ ਦੀ ਜੋ ਪਿਛਲੇ 2-2.5 ਸਾਲ ਤੋਂ ਰਣਜੀਤ ਨਗਾਰਾ ਜੋ ਸਰਪ੍ਰੀਤ ਸਿੰਘ ਨੇ ਔਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਵੈਕੂ ਟਰੱਸਟ ਪ੍ਰੋਪਰਟੀ ਬੋਰਡ ਅਤੇ ਗੌਰਮੈਂਟ ਆਫ ਪਾਕਿਸਤਾਨ ਦੇ ਸਹਿਯੋਗ ਦੇ ਨਾਲ ਇਹ ਸੇਵਾ ਸ਼ੁਰੂ ਹੋਈ ਸੀ ਮੈਂ ਬੜੇ ਮਾਣ ਨਾਲ ਖੁਸ਼ੀ ਨਾਲ ਤੁਹਾਨੂੰ ਇਹ ਦੱਸਣਾ ਚਾਹ ਰਿਹਾ ਕਿ ਅੱਜ ਇਸ ਗੁਰਦੁਆਰਾ ਸਾਹਿਬ ਦਾ ਜਿਹੜਾ ਉਦਘਾਟਨ ਹੋਇਆ ਹੈ ਜਿਹਦੇ ਵਿੱਚ ਇਵੈਕੂ ਟਰੱਸਟ ਪ੍ਰੋਪਰਟੀ ਬੋਰਡ ਦੇ ਚੇਅਰਮੈਨ ਡਾਕਟਰ ਅਮਰ ਸਾਹਿਬ ਔਰ ਐਡੀਸ਼ਨਲ ਸੈਕਟਰੀ ਰਾਣਾ ਸਲੀਮ ਸਾਹਿਬ ਔਰ ਇਮਰਾਨ ਗੋਂਦਲ ਸਾਹਿਬ ਬਾਕੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੂਰੀ ਟੀਮ ਇੱਥੇ ਹਾਜ਼ਰ ਹੋਈ ਸੀ ਨਤਮਸਤਕ ਹੋਈ ਹੈ ਅਤੇ ਇੱਕ ਸਭ ਤੋਂ ਪਹਿਲੇ ਤਾਂ ਅਸੀਂ ਕੋਟ ਧੰਨਵਾਦ ਕਰਦੇ ਹਾਂ ਗੁਰੂ ਮਹਾਰਾਜ ਦਾ ਕਿ ਜਿਹੜੇ ਸਾਡੇ ਗੁਰਧਾਮ ਜਿਹੜੇ ਵੰਡ ਤੋਂ ਬਾਅਦ ਟੈਰੀਟਰੀ ਹੋ ਰਹੇ ਸਨ ਸਾਡੀ ਗੌਰਮੈਂਟ ਦੇ ਇਨੀਸ਼ੀਏਟਿਵ ਦੇ ਨਾਲ ਉਹਨਾਂ ਦੇ ਉਪਰਾਲਿਆਂ ਦੇ ਨਾਲ ਇਹ ਗੁਰਧਾਮ ਫਿਰ ਤੋਂ ਇਹਦੀ ਉਸਾਰੀ ਸ਼ੁਰੂ ਹੋਈ ਹੈ ਸੰਗਤਾਂ ਦੇ ਸਹਿਯੋਗ ਦੇ ਨਾਲ ਤੋ ਅੱਜ ਬੜੇ ਸਿੱਖ ਕੌਮ ਵਾਸਤੇ ਮਾਣ ਵਾਲੀ ਔਰ ਖੁਸ਼ੀ ਵਾਲੀ ਗੱਲ ਹੈ ਕਿ ਜਿਨ੍ਹਾਂ ਗੁਰਧਾਮਾਂ ਵਾਸਤੇ ਅਸੀਂ ਸਵੇਰ ਸ਼ਾਮ ਅਰਦਾਸਾਂ ਕਰਦੇ ਹਾਂ ਜਿਨ੍ਹਾਂ ਦੀ ਸੇਵਾ ਸੰਭਾਲ ਵਾਸਤੇ ਖੁੱਲ੍ਹੇ ਦਰਸ਼ਨ ਦੀਦਾਰਾਂ ਵਾਸਤੇ ਉਹ ਅਸਥਾਨ ਆਸਤਾ ਆਸਤਾ ਦੁਬਾਰਾ ਅਸੀਂ ਪ੍ਰਿਜ਼ਰਵ ਵੀ ਕਰ ਰਹੇ ਹਾਂ ਮੇਰੇ ਪਿੱਛੇ ਤੁਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਇਸ ਬਿਲਡਿੰਗ ਨੂੰ ਬੜੀ ਮਿਹਨਤ ਦੇ ਨਾਲ ਉਸੇ ਹਾਲਤ ਦੇ ਵਿੱਚ ਪ੍ਰਿਜ਼ਰਵ ਕੀਤਾ ਗਿਆ ਹੈ ਇਹਦੇ ਵਿੱਚ ਕੋਈ ਚੇਂਜਿੰਗ ਨਹੀਂ ਕੀਤੀ ਗਈ ਹੈ ਇਸੇ ਤਰ੍ਹਾਂ ਪੂਰੇ ਪਾਕਿਸਤਾਨ ਦੇ ਵਿੱਚ ਜੋ ਸਾਡੇ ਇਤਿਹਾਸਕ ਗੁਰਧਾਮ ਹਨ ਅਸੀਂ ਉਹਨਾਂ ਨੂੰ ਉਸੇ ਹਾਲਤ ਦੇ ਵਿੱਚ ਦੁਬਾਰਾ ਪ੍ਰਿਜ਼ਰਵ ਕਰ ਰਹੇ ਹਾਂ ਕਿਸੇ ਤਰੀਕੇ ਨਾਲ ਕੋਈ ਚੇਂਜਿੰਗ ਨਹੀਂ ਹੋ ਰਹੀ ਹੈ ਸਾਡੀ ਕੋਸ਼ਿਸ਼ ਹੈ ਕਿ ਜੋ ਸਾਡੀ ਆਉਣ ਵਾਲੀ ਪਨੀਰੀ ਹੈ ਜੋ ਸਾਡੀ ਨਸਲ ਹੈ ਉਹਨਾਂ ਨੂੰ ਆਪਣਾ ਵਿਰਸਾ ਆਪਣਾ ਇਤਿਹਾਸ ਆਪਣੇ ਸਿਧਾਂਤ ਉਹਨਾਂ ਨੂੰ ਮਿਲਣ ਮੈਂ ਬੜੇ ਅਫਸੋਸ ਦੇ ਨਾਲ ਮੈਨੂੰ ਕਹਿਣਾ ਪੈਂਦਾ ਕਿ ਬਾਕੀ ਲੋਕ ਮੁਲਕਾਂ ਦੇ ਵਿੱਚ ਇਤਿਹਾਸ ਨੂੰ ਮਲਿਆ ਮੇਟ ਕੀਤਾ ਜਾ ਰਿਹਾ ਬਾਅਦ ਸਾਡਾ ਮੁਲਕ ਪਾਕਿਸਤਾਨ ਜਿਹਦੇ ਅੰਦਰ ਸਾਡੇ ਇਤਿਹਾਸਕ ਗੁਰਦੁਆਰੇ ਨੇ ਨਨਕਾਣਾ ਸਾਹਿਬ ਕਰਤਾਰਪੁਰ ਸਾਹਿਬ ਤੁਸੀਂ ਦੇਖ ਲਓ ਐਡਾ ਵੱਡਾ ਕੰਪਲੈਕਸ ਬਣਿਆ ਲੇਕਿਨ ਉਹਦੇ ਅੰਦਰ ਜਿਹੜਾ ਸਾਡਾ ਮੇਨ ਬਿਲਡਿੰਗ ਹੈ ਉਹਨੂੰ ਉਸੇ ਤਰ੍ਹਾਂ ਹੀ ਰੱਖਿਆ ਗਿਆ ਇਸੇ ਤਰ੍ਹਾਂ ਇਸ ਗੁਰਦੁਆਰਾ ਸਾਹਿਬਾਨ ਦਾ ਸੋ ਮੈਂ ਪੂਰੀ ਦੁਨੀਆ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਕਿ ਪਾਕਿਸਤਾਨ ਆਓ ਤੁਸੀਂ ਆਪਣੇ ਗੁਰਧਾਮਾਂ ਦੇ ਦਰਸ਼ਨ ਕਰੋ ਪਾਕਿਸਤਾਨ ਦੀ ਆਵਾਮ ਮੁਹੱਬਤ ਵਾਲੀ ਹੈ ਪਾਕਿਸਤਾਨ ਇੱਕ ਪੁਰਾਮਨ ਮੁਲਕ ਹੈ ਔਰ ਅਸੀਂ ਚਾਹੁੰਦੇ ਹਾਂ ਕਿ ਸਾਡੀ ਸਰਕਾਰ ਕਹਿੰਦੀ ਹੈ ਪਾਕਿਸਤਾਨ ਕਮੇਟੀ ਕਹਿੰਦੀ ਹੈ ਇਵੈਕੂ ਟਰੱਸਟ ਪ੍ਰੋਪਰਟੀ ਬੋਰਡ ਕਹਿੰਦਾ ਕਿ ਵੱਧ ਤੋਂ ਵੱਧ ਤੁਸੀਂ ਆਪਣੇ ਗੁਰਧਾਮਾਂ ਦੇ ਦਰਸ਼ਨ ਕਰੋ ਆਪਣੇ ਬੱਚਿਆਂ ਨੂੰ ਲੈ ਕੇ ਆਓ ਫੈਮਿਲੀਜ਼ ਨੂੰ ਲੈ ਕੇ ਆਓ ਆਪਣੇ ਵਿਰਸਾ ਦਿਖਾਓ ਤਾਂ ਕਿ ਜਿਹੜੇ ਸਾਡੀ ਆਉਣ ਵਾਲੀ ਪਨੀਰੀ ਹੈ ਨਸਲ ਹੈ ਉਹਨਾਂ ਨੂੰ ਪਤਾ ਹੋਵੇ ਕਿ ਸਾਡਾ ਵਿਰਸਾ ਪਾਕਿਸਤਾਨ ਦੇ ਵਿੱਚ ਹੈ ਸੋ ਮੈਂ ਇੱਕ ਵਾਰੀ ਫਿਰ ਇਸ ਭਾਈ ਸਾਹਿਬ ਦਾ ਭਾਈ ਸ਼ਬੀਰ ਸਾਹਿਬ ਦਾ ਬਹੁਤ ਹੀ ਜ਼ਿਆਦਾ ਯੋਗਦਾਨ ਹੈ ਇਹਦੇ ਵਿੱਚ ਜਦੋਂ ਇੱਥੇ ਸਾਡੇ ਕੋਈ ਵੀ ਨਹੀਂ ਸੀ ਆਉਂਦਾ ਕਿਸੇ ਨੂੰ ਨਹੀਂ ਸੀ ਪਤਾ ਇਹਨਾਂ ਨੇ ਲੋਕਾਂ ਨੂੰ ਬੁਲਾ ਬੁਲਾ ਕੇ ਦਿਨ ਰਾਤ ਜਦੋਂ ਇੱਥੇ ਕੋਈ ਆਉਂਦਾ ਨਹੀਂ ਸੀ ਜੰਗਲ ਸੀ ਉਸ ਵਕਤ ਇਹਨਾਂ ਨੇ ਸੇਵਾ ਨਿਭਾਈ ਹੈ ਗੁਰੂ ਮਹਾਰਾਜ ਇਹਨਾਂ ਦੀ ਸੇਵਾ ਵੀ ਪ੍ਰਵਾਨ ਕਰੇ ਸਾਰੇ ਦੋਸਤ ਅਹਿਬਾਨਾਂ ਨੇ ਮੇਰੇ ਨਾਲ ਭਾਈ ਸਾਹਿਬ ਖੜ੍ਹੇ ਨੇ ਮੈਂ ਨਾਮ ਤੁਹਾਡਾ ਭੁੱਲ ਗਿਆ ਇਸ਼ਤਿਆਕ ਸਾਹਿਬ ਔਰ ਬੇਗ ਸਾਹਿਬ ਨੇ ਸਾਰਿਆਂ ਨੇ ਆਪਣਾ ਯੋਗਦਾਨ ਪਾਇਆ ਹੈ ਇਹਦੇ ਵਿੱਚ ਕੋਈ ਕਿਸੇ ਤੋਂ ਘੱਟ ਨਹੀਂ ਕੋਈ ਵੱਧ ਨਹੀਂ ਸਭ ਨੇ ਯੋਗਦਾਨ ਪਾਇਆ ਗੁਰੂ ਮਹਾਰਾਜ ਸਾਰਿਆਂ ਦੀ ਸੇਵਾ ਪ੍ਰਵਾਨ ਕਰੇ ਸਾਰਿਆਂ ਦੀ ਸੇਵਾ ਕਬੂਲ ਕਰੇ ਔਰ ਇਹ ਸਾਡੇ ਮੁਲਕ ਕੇ ਪਾਕਿਸਤਾਨ ਵਾਸਤੇ ਸਾਡੇ ਰਿਆਸਤ ਵਾਸਤੇ ਅਸੀਂ ਅਰਦਾਸ ਕਰਦੇ ਹਾਂ ਦੁਆ ਕਰਦੇ ਹਾਂ ਕਿ ਸਾਡੇ ਮੁਲਕ ਸ਼ਾਂਤੀ ਰਹੇ ਸਾਡਾ ਮੁਲਕ ਦਿਨ ਦੁੱਗਣੀ ਰਾਤ ਚੁੱਗਣੀ ਤਰੱਕੀ ਕਰੇ ਬੀਏਂਗੇ ਸਿੱਖ ਮੇਰੇ ਦਿਲੋਂ ਦੁਆਵਾਂ ਨਿਕਲਦੀਆਂ ਅਰਦਾਸਾਂ ਨਿਕਲਦੀਆਂ ਕਿ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਜਨਮ ਲਿਆ ਜਿੱਥੇ 18 ਸਾਲ ਖੇਤੀਬਾੜੀ ਕਰਤਾਰਪੁਰ ਸਾਹਿਬ ਕੀਤੀ ਜਿੱਥੇ ਇਹ ਚੋਹਾ ਸਾਹਿਬ ਦੇ ਚਰਨ ਛੂਹ ਪ੍ਰਾਪਤ ਹੈ ਇੱਕ ਇੱਕ ਇੰਚ ਜ਼ਮੀਨ ਸਾਡੀ ਇੱਕ ਇੱਕ ਜਗ੍ਹਾ ਸਾਡੀ ਗੌਰਮੈਂਟ ਆਫ ਪਾਕਿਸਤਾਨ ਉਸ ਨੂੰ ਮਹਿਫੂਜ਼ ਕਰ ਰਹੀ ਹੈ ਮੈਂ ਪੂਰੀ ਦੁਨੀਆ ਨੂੰ ਇਹ ਪੈਗਾਮ ਦੇਣਾ ਚਾਹੁੰਦਾ ਕਿ ਮੈਨੋਰਟੀਜ਼ ਖਾਸ ਕਰ ਸਿੱਖਾਂ ਨੂੰ ਇੱਕ ਪ੍ਰਾਇਓਰਟੀ ਦੇ ਉੱਤੇ ਪਰਖਿਆ ਜਾਂਦਾ ਹੈ ਔਰ ਮੈਂ ਗੌਰਮੈਂਟ ਆਫ ਪਾਕਿਸਤਾਨ ਦਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਤੁਹਾਡਾ ਵਿਸ਼ੇਸ਼ ਧੰਨਵਾਦ ਕਰਦਾ ਕਿ ਸ਼ਾਇਦ ਸ਼ਬੀਰ ਸਾਹਿਬ ਦਾ ਕਿ ਤੁਸੀਂ ਵਿਸ਼ੇਸ਼ ਤੌਰ 'ਤੇ ਇਸ ਗੁਰਧਾਮ ਦਾ ਖਿਆਲ ਰੱਖਿਆ ਗੁਰੂ ਮਹਾਰਾਜ ਤੁਹਾਡੀ ਸੇਵਾ ਕਬੂਲ ਕਰੇ ਹਾਂਜੀ ਕੋਸ਼ਿਸ਼ ਕਰਾਂਗੇ ਕਿ ਅੱਗੇ ਵੀ ਅਸੀਂ ਵੱਧ ਚੜ੍ਹ ਕੇ ਇਹਦੇ 'ਚ ਹਿੱਸਾ ਪਾਈਏ ਔਰ ਕੋਸ਼ਿਸ਼ ਕਰਦੇ ਹਾਂ ਕਿ ਰਣਜੀਤ ਨਿਗਾਰਾ ਨੂੰ ਅਸੀਂ ਕਹਾਂਗੇ ਕਿ ਸੇਵਾਵਾਂ ਜਿਹੜੀਆਂ ਹੋਰ ਕਰਨ ਵੱਧ ਤੋਂ ਵੱਧ ਕਰਨ ਵੱਧ ਇਹ ਸ਼ਬੀਰ ਵੀਰ ਜੀ ਅਸਲ ਕਈ ਚੀਜ਼ਾਂ ਹੁੰਦੀਆਂ ਪੂਰਬਲੇ ਜਨਮਾਂ ਦੇ ਫਲ ਹੁੰਦੇ ਨੇ ਜੋ ਤੁਸੀਂ ਕੋਈ ਕਿਸੇ ਜਿਹੜੇ ਫਲ ਅੱਛੇ ਕੰਮ ਕੀਤੇ ਹੁੰਦੇ ਨੇ ਅਤੇ ਗੁਰੂ ਸਾਹਿਬ ਨੇ ਜੇ ਤੁਹਾਨੂੰ ਇੱਥੇ ਬੁਲਾਇਆ ਸੇਵਾ ਲਈ ਹੈ ਇਹ ਬੜੇ ਪਵਿੱਤਰ ਜਗ੍ਹਾ ਹੈ ਔਰ ਗੁਰੂ ਮਹਾਰਾਜ ਨੇ ਅਗਰ ਤੁਹਾਡੇ ਕੋਲ ਤੁਹਾਨੂੰ ਚੁਣਿਆ ਕਿ ਤੁਹਾਡੇ ਕੋਲ ਸੇਵਾ ਲੈਣੀ ਹੈ ਤਾਂ ਇਹ ਬੜੇ ਨਸੀਬਾਂ ਵਾਲੇ ਗੁਰੂ ਮਹਾਰਾਜ ਤੁਹਾਨੂੰ ਹੋਰ ਸੇਵਾ ਲੈਣ ਬੀਏਂਗੇ ਸਿੱਖ ਔਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰ ਵਜੋਂ ਮੈਂ ਤੁਹਾਡਾ ਧੰਨਵਾਦ ਕਰਦਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਇਹ ਹਨ ਜੀ ਸਰਦਾਰ ਅਮੀਰ ਸਿੰਘ ਸਾਡੇ ਪ੍ਰਧਾਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਸੀਂ ਇਹਨਾਂ ਦੇ ਕੋਟੀ ਕੋਟੀ ਜਿਹੜੇ ਸ਼ੁਕਰਗੁਜ਼ਾਰ ਹਾਂ ਕਿ ਵੀ ਇਹ ਆਏ ਔਰ ਇਹਨਾਂ ਨੇ ਆਪਣਾ ਕੀਮਤੀ ਸਮੇਂ ਵੀ ਦਿੱਤਾ ਔਰ ਆਪਣੇ ਵਿਚਾਰ ਵੀ ਸਾਡੇ ਨਾਲ ਸਾਂਝੇ ਕੀਤੇ ਉਮੀਦ ਕਰਦੇ ਹਾਂ ਕਿ ਤੁਸੀਂ ਇਸੇ ਤਰ੍ਹਾਂ ਹੀ ਜੁੜੇ ਰਹੋਗੇ ਔਰ ਇਸੇ ਤਰ੍ਹਾਂ ਹੀ ਸੇਵਾਵਾਂ ਜਿਹੜੀਆਂ ਨੇ ਉਹ ਨਿਭਾਉਂਦੇ ਸਾਡੇ ਨਾਲ ਸਾਬਕਾ ਪ੍ਰਧਾਨ ਸਰਦਾਰ ਸਤਵੰਤ ਸਿੰਘ ਜੀ ਮੌਜੂਦ ਹਨ ਅਸੀਂ ਉਹਨਾਂ ਦੇ ਵਿਚਾਰ ਥੋੜ੍ਹੇ ਜਿਹੇ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਕਿਉਂਕਿ ਇਹ ਜਦੋਂ ਪਹਿਲੇ ਆਏ ਇਸ ਗੁਰੂ ਘਰ ਦੀ ਹਾਲਤ ਕਿਸ ਤਰ੍ਹਾਂ ਸੀ ਤਾਂ ਹੁਣ ਜਦੋਂ ਰਣਜੀਤ ਨਿਗਾਰਾ ਨੇ ਨੋਨ ਪ੍ਰੋਫਿਟ ਔਰਗਨਾਈਜੇਸ਼ਨ ਆਫ USA ਨੇ ਜਦੋਂ ਸੇਵਾ ਕੀਤੀ ਹੈ ਅਤੇ ਇਹਨਾਂ ਦੇ ਕੀ ਉਸ ਬਾਰੇ ਵਿਚਾਰ ਨੇ ਗੱਲ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਸ਼ੁਕਰੀਆ ਆਪ ਜੀ ਦਾ ਵੀਰ ਬਾਈ ਜਿਸ ਤਰ੍ਹਾਂ ਆਪ ਜੀ ਨੂੰ ਪਤਾ ਕਿ 2019 ਦੇ ਵਿੱਚ ਸਾਨੂੰ ਗੌਰਮੈਂਟ ਆਫ ਪਾਕਿਸਤਾਨ ਦੇ ਇਜਾਜ਼ਤ ਤੋਂ ਬਾਅਦ ਇਹ ਗੁਰਦੁਆਰਾ ਖੁੱਲ੍ਹਣ ਵਿੱਚ ਮਿਲਿਆ ਔਰ ਉਸ ਤੋਂ ਬਾਅਦ ਮੈਂ ਧੰਨਵਾਦ ਕਰਦਾ ਇਹ ਵੈਕੀ ਟਰੱਸਟ ਪ੍ਰੋਪਰਟੀ ਬੋਰਡ ਦਾ ਵੀ ਜਿਹਦੇ ਇਜਾਜ਼ਤ ਤੋਂ ਬਾਅਦ ਰਣਜੀਤ ਨਿਗਾਰਾ ਦੀ ਸੇਵਾ ਸੁਸਾਇਟੀ ਵੱਲੋਂ ਇਹ ਸੇਵਾ ਸੰਭਾਲੀ ਗਈ ਔਰ ਅੱਜ ਇਸ ਸ਼ੁਭ ਦਿਹਾੜੇ ਦੇ ਉੱਤੇ ਅੱਜ ਇਸ ਦੁਬਾਰਾ ਇਸ ਗੁਰਦੁਆਰੇ ਨੂੰ ਰਨ ਕਰਨ ਵਾਸਤੇ ਪੂਰਾ ਗੁਰਦੁਆਰਾ ਤਿਆਰ ਹੈ ਔਰ ਉਹਦੀ ਸੇਵਾ ਅਗਰ ਤੁਸੀਂ ਦੇਖੋਗੇ ਸੰਗਤਾਂ ਆ ਕੇ ਬੜਾ ਸੰਗਤਾਂ ਦਾ ਮਨ ਜਿਹੜਾ ਹੈ ਬੜਾ ਖੁਸ਼ ਹੋਇਆ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੀ ਧਰਤੀ ਹੈ ਪੂਰੀ ਪਾਕਿਸਤਾਨ ਲੇਕਿਨ ਕੁਝ ਜਗ੍ਹਾ ਇਸ ਤਰ੍ਹਾਂ ਦੀ ਹੁੰਦੀ ਹੈ ਜਿੱਥੇ ਡੇਲੀ ਬੇਸਿਸ ਉੱਤੇ ਸੰਗਤ ਨਹੀਂ ਪਹੁੰਚ ਸਕਦੀ ਫਿਰ ਇਸ ਤਰ੍ਹਾਂ ਦੀ ਸੇਵਾ ਸੁਸਾਇਟੀ ਜਿਹੜੀ ਹੈ ਜਿਸ ਤਰ੍ਹਾਂ ਰਣਜੀਤ ਨਿਗਾਰਾ ਦੀ ਸੇਵਾ ਸੁਸਾਇਟੀ ਹੈ ਇੱਕ ਉਹਦੇ ਕਰਕੇ ਸਾਨੂੰ ਬੜੀ ਹੀ ਅੱਛੀ ਇੱਥੇ ਸਾਡੇ ਵਾਸਤੇ ਕੰਮ ਹੋ ਜਾਂਦੇ ਨੇ ਔਰ ਇਹਦੇ ਵਿੱਚ ਫਾਇਦਾ ਫਿਰ ਗੌਰਮੈਂਟ ਆਫ ਪਾਕਿਸਤਾਨ ਦਾ ਵੀ ਹੈ ਸਿੱਖ ਕੌਮ ਦਾ ਵੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਅਸਥਾਨ ਇੱਥੇ ਪਿਆਰ ਅਤੇ ਸ਼ਰਧਾ ਨਾਲ ਇੱਥੇ ਬਣਦੇ ਨੇ ਔਰ ਸਾਡੀ ਸਿੱਖ ਸੰਗਤ ਜਿਹੜੀ ਗੁਜਰਾਂਵਾਲੇ ਦੀ ਸਿੱਖ ਸੰਗਤ ਹੈ ਹੋਰ ਲਾਹੌਰ ਦੀ ਸੰਗਤ ਹੈ ਇੱਥੇ ਆ ਕੇ ਖੁੱਲ੍ਹੇ ਦਰਸ਼ਨ ਦੀ ਧਾਰਨ ਕਰਨਗੇ ਅਤੇ ਸਾਡੇ ਵਾਸਤੇ ਬੜੀ ਖੁਸ਼ੀ ਦਾ ਹੀ ਮੌਕਾ ਹੈ ਮੈਂ ਧੰਨਵਾਦ ਕਰਦਾ ਗੌਰਮੈਂਟ ਆਫ ਪਾਕਿਸਤਾਨ ਦਾ ਵੀ ਐਵੈਕਿਊ ਟਰੱਸਟ ਪ੍ਰੋਪਰਟੀ ਬੋਰਡ ਦਾ ਵੀ ਔਰ ਖਾਸ ਕਰ ਤੁਹਾਡੇ ਦਾ ਵੀ ਕਿਉਂਕਿ ਤੁਸੀਂ ਹਮੇਸ਼ਾ ਹਿਸਟਰੀ ਦੇ ਰਿਲੇਟਡ ਜਿਹੜੀ ਸਿੱਖ ਹਿਸਟਰੀ ਦੇ ਰਿਲੇਟਡ ਚੀਜ਼ਾਂ ਦੇਖਦੇ ਹੋ ਸਾਨੂੰ ਸ਼ਾਇਦ ਇੰਨਾ ਪਤਾ ਨਾ ਹੋਵੇ ਜਿੰਨਾ ਤੁਹਾਡੇ ਕਰਕੇ ਸਾਨੂੰ ਪਤਾ ਲੱਗਦਾ ਹੈ ਸਾਨੂੰ ਪਤਾ ਲੱਗੇਗਾ ਤਾਂ ਹੀ ਜਾ ਕੇ ਅਸੀਂ ਉਸਦੇ ਬਾਰੇ ਅੱਗੇ ਗੱਲ ਕਰ ਸਕਦੇ ਹਾਂ ਅਤੇ ਮੈਂ ਸਭ ਤੋਂ ਜ਼ਿਆਦਾ ਤੁਹਾਡਾ ਵੀ ਧੰਨਵਾਦ ਕਰਦਾ ਕਿਉਂਕਿ ਅਕਸਰ ਤੁਹਾਡੀ ਪੋਸਟ ਅਸੀਂ ਦੇਖਦੇ ਹਾਂ ਜਿੰਨੇ ਵੀ ਸਾਡੇ ਸਿੱਖ ਹਿਸਟਰੀ ਦੇ ਰਿਲੇਟਡ ਚੀਜ਼ਾਂ ਹੁੰਦੀਆਂ ਨੇ ਤੁਸੀਂ ਉਹਨਾਂ ਨੂੰ ਅੱਗੇ ਸੰਗਤਾਂ ਦੇ ਸਾਹਮਣੇ ਕਰਦੇ ਹੋ ਉਹ ਉਸੀ ਨੂੰ ਅਸੀਂ ਦੇਖ ਕੇ ਫਿਰ ਸਾਡੀ ਥੋੜ੍ਹੀ ਬਹੁਤ ਕੋਸ਼ਿਸ਼ ਹੁੰਦੀ ਹੈ ਕਿ ਇਹ ਚੀਜ਼ਾਂ ਅਸੀਂ ਸੰਗਤਾਂ ਦੇ ਸਾਹਮਣੇ ਗੌਰਮੈਂਟ ਦੇ ਸਾਹਮਣੇ ਲੈ ਕੇ ਆਈਏ ਅੱਜ ਤੁਹਾਡੀ ਕਰਕੇ ਅਸੀਂ ਇਹ ਸਮਝਦੇ ਹਾਂ ਕਿ ਗੁਰਦੁਆਰਾ ਬਣ ਚੁੱਕਿਆ ਹੈ ਹੁਣ ਸੰਗਤਾਂ ਵਾਸਤੇ ਪੂਰੀ ਤਰੀਕੇ ਨਾਲ ਖੁੱਲ੍ਹ ਦਿਆ ਗਿਆ ਬਹੁਤ ਸ਼ੁਕਰੀਆ ਇਹ ਸਨ ਆਪਣਾ ਸਾਬਕ ਪ੍ਰਧਾਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਸਤਵੰਤ ਸਿੰਘ ਜੀ ਆਪਣੇ ਵਿਚਾਰ ਨਾਲ ਸਾਂਝੇ ਕਰ ਰਹੇ ਸੀ ਰੱਬ ਰਾਖਾ